ਫਿਲਮਾਂ ਵਾਲਾ ਹੌਬੀ ਬਾਅਦ ਚੋਂ ਮੈਂ ਪਹਿਲਾਂ ਇੱਕ ਕਿਸਾਨ ਹਾਂ, ਕਿਸਾਨ ਦਾ ਹੀ ਬੇਟਾ ਹਾਂ ਅਤੇ ਤਾਂ ਪੁਰਖੀ ਮੇਰਾ ਕੰਮ ਕਿਸਾਨ ਦੇ ਅੱਜ ਵੀ ਮੈਂ ਖੇਤੀ ਕਰਦਾ, ਰਾਤ ਵੀ ਮੇਰੇ ਕੰਬਾਈਨ ਚੱਲਦਾ। ਮੈਂ ਕੁਛ ਵੱਖਰੀ ਗੱਲ ਤੁਹਾਡੇ ਨਾਲ ਕਰਨ ਆਇਆ, ਧਿਆਨ ਨਾਲ ਸੁਣਿਓ ਕਿ ਸੰਨ 47 'ਚ ਸੰਤਾਪ ਸ਼ੁਰੂ ਹੋਇਆ ਸੀ ਜਦੋਂ ਇੱਕ ਇਨਸਾਨ ਦੇ ਰੂਪ ਦੇ ਵਿੱਚ ਜੇ ਅਸੀਂ ਪੰਜਾਬ ਨੂੰ ਲੈ ਲਈਏ ਤਾਂ ਗੱਲ ਵੱਢ ਕੇ ਉੱਧਰ ਕਰ ਸਕਦਾ। ਇਸ ਕਰਕੇ ਸਾਡੀ ਸੋਚ, ਸਾਡੀ ਜ਼ੁਬਾਨ, ਸਾਡੀ ਦਿੱਖ, ਸਾਡੀ ਮੁੱਛ, ਸਾਡੀ ਟੌਰ, ਸਾਡੇ ਸਵਾਦ, ਸਾਡੀ ਬੋਲੀ ਸਭ ਕੁਛ ਉੱਥੇ ਰਹਿ ਗਿਆ। ਇੱਥੇ ਤੱਕ ਇੱਕ ਧੜ ਆਈ ਸੀ ਜ਼ਖਮੀ ਧੜ ਬਿਨਾਂ ਸਿਰ ਤੋਂ ਤੜ, ਉਹਦੇ ਚੋਂ ਵੀ ਹਰਿਆਣਾ ਲੱਤਾਂ ਵੱਢ ਕੇ ਅਤੇ ਬਾਹਾਂ ਵੱਢ ਕੇ ਹਿਮਾਚਲ ਬਣਾਇਆ ਗਿਆ। ਫੇਰ ਇੱਕ ਵਿੱਚੋਂ ਹੋਰ ਦਿਲ ਕੱਢਤਾ ਜਿਹਨੂੰ ਚੰਡੀਗੜ੍ਹ ਕਹਿੰਦੇ ਨੇ। ਫੇਰ ਵੀ ਪੰਜਾਬ ਇੱਕ ਐਸਾ ਸੂਬਾ ਜਿਹਦੇ ਵਿੱਚ ਪੰਜਾਬੀਅਤ ਦਾ ਦਿਲ ਧੜਕਦਾ ਰਿਹਾ। ਜੇ ਗੱਲ ਕਰੀਏ ਕਿਸਾਨੀ ਦੀ, ਡਾਇਵਰਸੀਫਿਕੇਸ਼ਨ ਜਦੋਂ ਫਸਲੀ ਚੱਕਰ ਨੂੰ ਤੋੜਨ ਦਾ ਰਾਹ ਜਿਹੜਾ ਉਹ 1980-82 'ਚ ਸ਼ੁਰੂ ਹੋਇਆ ਕਿ ਫਸਲੀ ਚੱਕਰ ਤੋੜ ਲਈ। ਉਸ ਤੋਂ ਪਹਿਲਾਂ ਮੈਂ ਦੱਸਦਿਆਂ ਕਿ ਤੁਹਾਡੇ ਪੰਜਾਬ 'ਚੋਂ ਕੱਢੇ ਸੂਬੇ ਨਾ ਤੁਸੀਂ ਰਾਜਸਥਾਨ 'ਚ ਕੁਛ ਖਰੀਦ ਸਕਦੇ ਹੋ, ਨਾ ਹਿਮਾਚਲ 'ਚ ਖਰੀਦ ਸਕਦੇ ਹੋ, ਨਾ ਹੁਣ ਤੱਕ ਕਸ਼ਮੀਰ 'ਚ ਖਰੀਦ ਸਕਦੇ ਹੋ। ਸਾਰਾ ਕੁਛ ਵੇਚ ਕੇ ਤੁਸੀਂ ਚੰਡੀਗੜ੍ਹ ਇੱਕ ਬੂਥ ਨਹੀਂ ਖਰੀਦ ਸਕਦੇ ਜਿਹਦੇ ਜਿਹੜਾ ਜੱਟ ਕਹਿੰਦਾ ਮੇਰੇ ਕੋਲ 5 ਕਿੱਲੇ ਨੇ, ਉਹ 5 ਕਿੱਲੇ ਵੇਚ ਕੇ ਵੀਰੇ ਕਮਰਾ ਨਹੀਂ ਖਰੀਦ ਸਕਦਾ ਚੰਡੀਗੜ੍ਹ। ਪਰ ਪੰਜਾਬ 'ਚ ਕੋਈ ਵੀ ਕੁਛ ਵੀ ਖਰੀਦ ਸਕਦਾ। ਤੇ ਜੇ ਕਿਤੇ ਅਸੀਂ ਪੁਰਾਣੇ ਪੰਜਾਬ 'ਚ ਚਲੇ ਜਾਈਏ ਫਿਰ ਸਾਨੂੰ ਅੱਤਵਾਦੀ ਕਹਿ ਕੇ ਗੋਲੀ ਮਾਰ। ਸਾਡਾ ਇਹ ਸੰਤਾਪ ਰਹਿੰਦਾ। ਸਾਡਾ ਖੇਤੀਬਾੜੀ ਦਾ ਜਿਹੜਾ ਸਿਸਟਮ ਰਿਹਾ ਫਸਲੀ ਚੱਕਰਾਂ ਨੂੰ ਬਦਲਣ ਦਾ ਚੱਕਰ, ਅਸੀਂ ਜੋਗੇ ਹੁੰਦੇ ਸੀ, ਅਸੀਂ ਜੋਗੇ ਨਹੀਂ। ਇੱਥੇ ਕਸੂਰ ਮੇਰਾ, ਮੇਰੇ ਬਾਪ ਦਾ, ਕਿਉਂਕਿ ਜੋਗੇ ਸੀ ਸਾਡੇ ਕੋਲੇ, ਆਪ ਦੇ ਜੋਗੀ ਅਲਸੀ ਸੀ ਸਾਡੇ ਕੋਲੇ, ਆਪ ਦੇ ਜੋਗੀ ਸਬਜ਼ੀ ਸੀ, ਸਰੋਂ ਸੀ, ਤੋਰੀਆਂ ਸੀ, ਤਾਰਾਮੀਰਾ ਸੀ, ਮੱਕੀ ਸੀ, ਕਣਕ ਸੀ, ਜਵਾਰ ਸੀ, ਬਾਜਰਾ ਸੀ, ਸਿਰਫ ਜੀਰੀ ਨਹੀਂ ਸੀ। ਜੀਰੀ ਨਹੀਂ ਸੀ, ਜੀਰੀ ਮੈਨੂੰ ਯਾਦ ਆ ਕਿ 1984 'ਚ ਪਹਿਲੀ ਵਾਰੀ ਅਸੀਂ ਜੀਰੀ ਲਾਈ। ਮੇਰੇ ਕੋਲ ਅੱਜ ਵੀ 108 ਕਿੱਲੇ ਜ਼ਮੀਨ ਦੇ ਨੇ ਤੇ ਅਸੀਂ 2 ਭਰਾ ਹਾਂ। ਵੱਡਾ ਬਾਈ ਹੁਣ ਖੇਤੀ ਕਰਦਾ ਤੇ ਮੈਂ ਪਿੰਡ ਬਹੁਤ ਘੱਟ ਕਰਨਾ, ਕਿਉਂਕਿ ਮੇਰਾ ਮਾਂ ਨਾਲ ਬਾਹਲਾ ਦਿਓ ਸੀ, ਮਾਂ ਨਹੀਂ ਰਹੀ ਤੇ ਮੇਰਾ ਪਿੰਡ ਛੁੱਟ ਗਿਆ। ਜਾਣਾ ਮੇਰਾ ਭਰਾ ਆ, ਮੇਰੀ ਜ਼ਮੀਨ ਹੈ, ਪਰ ਮੈਨੂੰ ਹੁਣ ਖੇਤੀ ਦਾ ਬਹੁਤਾ ਪਤਾ ਨਹੀਂ। ਮੈਂ ਉੱਥੇ ਕੀ ਕਰਦਾ, ਆ 500 ਵਾਲੀ ਜ਼ਮੀਨ 'ਚ ਮੈਂ ਜ਼ਰੂਰ ਜਾਂਦਾ, ਉਹ ਨਵੀਂ ਖਰੀਦ ਦਿੱਤੀ ਸੀ ਰਲ ਕਰ। ਫਸਲੀ ਚੱਕਰ ਅਸੀਂ ਉਦੋਂ ਦੇ ਕਰਦੇ ਹਾਂ, ਪਰ ਜੋਗਾ ਅਸੀਂ ਛੱਡ ਕੇ, ਸਾਡੇ ਜੋਗਾ ਦੁੱਧ ਸੀ, ਪਨੀਰ ਸੀ, ਘਰ ਦੀਆਂ ਮੁਰਗੀਆਂ ਸੀ, ਕਬੱਤਰੀ ਰੱਖ ਲੈਂਦੇ ਸੀ, ਮਹਿਸਾਂ ਸੀ, ਪਰ ਅਸੀਂ ਉਹ ਜੋਗਾ ਛੱਡ ਰਹੇ। ਸਿਰਫ ਇੱਕ ਮਹੀਨਾ ਜੀਰੀ ਵੱਢੋ, ਜਦੋਂ ਨਵੀਆਂ ਫਸਲਾਂ ਤੁਸੀਂ ਕਣਕ ਦੀ ਬੀਜਣੀਆਂ ਤੇ ਆਪਦੇ ਜੋਗਾ ਕਰ ਲਓ। ਯਾਦ ਰੱਖਿਓ ਇੱਕ ਜਾ ਕੇ ਖੰਡਾਲ ਲਿਓ, ਮੇਰੇ ਬਾਪੂ ਜੀ ਕਹਿੰਦੇ ਉਹਨਾਂ ਨੇ ਖੰਡਾਲ ਲਓ, ਕਿਸੇ ਗੱਲ ਨਾਲ ਤੁਹਾਨੂੰ ਸਿਰਫ ਇੱਕ ਲੂਣ ਦੀ ਜ਼ਰੂਰਤ ਹੈ, ਬਾਕੀ ਸਭ ਚੀਜ਼ਾਂ ਤੁਹਾਡੇ ਖੇਤ 'ਚ ਪਈਆਂ ਨੇ। ਲੱਭਣ ਵਾਲੇ ਤੁਸੀਂ, ਕੱਢਣ ਵਾਲੇ ਤੁਸੀਂ। ਆ ਇੱਕ ਦਰਦ ਜ਼ਰੂਰ ਹੈ ਕਿ ਤੁਹਾਨੂੰ ਵਰਤਦੇ ਰਹੇ ਤੇ ਤੁਸੀਂ ਆਪਦੇ ਆਪ ਨੂੰ ਪਰਤਾਉਂਦੇ ਰਹੇ। ਸਮੇਂ ਸਿਰ ਸਾਡੇ ਕੁਛ ਲੋਭੀ, ਕੁਛ ਇੱਕ ਲੋਭੀ ਲੋਕਾਂ ਨੂੰ ਗੁਰਕੀ ਪੈਂਦੀ ਰਹੀ ਤੇ ਉਹ ਗੁਰਕੀ ਖਾ ਕੇ ਪਾਸੇ ਹੁੰਦੇ ਰਹੇ, ਇੱਕ ਅਵਾਰਾ ਕੁੱਤੇ ਵਾਂਗੂ ਤੇ ਅਸੀਂ ਰੋਲਦੇ ਰਹੇ, ਆਪਣੀਆਂ ਜੂਨਾਂ ਭੋਗ ਭੋਗ ਕੇ ਜਾਂਦੇ ਰਹੇ, ਹੋਰ ਕੁਛ ਨਹੀਂ ਸੀ। ਮੈਂ ਕਹਿੰਦਾ ਕਾਨੂੰਨ ਬਣਿਆ, ਕਾਨੂੰਨ ਨੂੰ ਲਾਗੂ ਨਹੀਂ ਹੋਣ ਦੇਣਾ। ਕਾਨੂੰਨ ਨੂੰ ਲਾਗੂ ਹੋਣ ਵਾਸਤੇ, ਰੋਕਣ ਵਾਸਤੇ ਸਿਰਫ ਇੱਕ ਬੰਦਾ, ਸਿਰਫ ਇੱਕ ਬੰਦਾ ਤੁਹਾਨੂੰ ਰੋਕ ਸਕਦਾ, ਸਿਰਫ ਇੱਕ ਬੰਦਾ। ਯਾਦ ਰੱਖਿਓ ਤੁਸੀਂ ਖੁਦ, ਸਿਰਫ ਤੁਸੀਂ ਖੁਦ। ਮੇਰਾ ਨਿੱਕਾ ਜਿਹਾ ਪਿੰਡ ਹੈ, ਅਸੀਂ ਲਾਇਆ ਸੀ ਪਰਸੋਂ ਚੌਥੇ, ਇੱਕ ਦਿਨ ਮੈਂ ਭਰਾ ਇਕੱਠੇ ਕਰ ਲਏ ਸੀ ਤੇ ਗੁਰੂ ਨੇ ਬਖਸ਼ਿਸ਼ ਕੀਤੀ ਹੈ ਕਿ 47 'ਚ ਅਸੀਂ ਜਦੋਂ ਸਿੰਧ ਪਾਕਿਸਤਾਨ ਤੋਂ ਆ ਕੇ ਅਸੀਂ ਵਸੇ ਸੀ ਅਮਰਗੜ੍ਹ ਦੇ ਕੋਲੇ, ਮੇਰਾ ਨਿੱਕਾ ਜਿਹਾ ਪਿੰਡ ਹੈ ਚਪੜੌਂਦਾ, ਸਾਡੇ 1600 ਕਿੱਲਾ ਜ਼ਮੀਨ ਆ ਪਿੰਡ ਦਾ ਤੇ ਉਹ ਸਾਡੀ ਸਾਰੀ ਆਪਦੀ ਪਰਿਵਾਰਾਂ ਦਾ। ਅਸੀਂ ਕਿਹਾ ਵੀ ਕਿੰਨੀਆਂ ਪਈਆਂ ਵੱਟਾਂ ਵੱਢ ਲਓ ਤੇ ਸਾਰੀਆਂ ਇਕੱਠੀਆਂ ਕਰ ਲਓ, 1600 ਦਾ ਤੱਕ ਇੱਕ ਕਰ ਲਓ। ਇਸ ਵੇਲੇ ਇੱਕ ਐਪ ਆ ਰਹੀ ਹੈ, ਕੁਛ ਮੇਰਾ ਖਿਆਲ ਤੁਹਾਡੇ ਤੱਕ ਉਹ ਜਨਵਰੀ ਤੱਕ ਪਹੁੰਚ ਜੂਗੀ, ਪਸ਼ੂ ਬੋਲੀ ਐਪ ਕਿਤੇ ਨਾ ਕਿਤੇ ਟੀਵੀ ਤੇ ਵੀ ਚੱਲੀ ਸੀ। ਉਸ ਐਪ ਦੇ ਵਿੱਚ ਮੈਂ ਵੀ ਹਿੱਸੇਦਾਰ ਹਾਂ, ਮੇਰਾ ਵੀ ਉਹਦੇ ਤੇ 4-5 ਸਾਲ ਦਾ ਸਮਾਂ ਲੱਗਿਆ ਹੋਇਆ।
याद रखियो जे पंजाब दे विच जे इक्विपमेंट की गल करिए खेती के संतान की गल करिए जे सारे पंजाब नूं वाहण वास्ते 100 ट्रैक्टर चाहिदा साडे कोले पंजाब च 513 ट्रैक्टर ने इस वेले जे साडे कोले हल चाहिए ने 100 तो साडे कोले 619 हल ने पंजाब ख्याल करो वो खरीद खरीद असीं सिटी गए हैं ते इक तबका है जिन्हां नूं असीं कबाड़ी कह लैंदे आ किस जात धर्म उमर ते ने उह ਉਹੀ ਹਲ ਜਿਹੜਾ ਜੱਟ 25,000 ਦਾ ਲੈ ਕੇ ਆਉਂਦਾ ਉਹ 800 ਦਾ ਲੈ ਕੇ ਜਾਂਦੇ ਨੇ ਨਾਲੇ ਸਹੀ ਬੰਦੇ ਧਰ ਕੇ ਲੈ ਕੇ ਜਾਂਦੇ ਨੇ ਤੁਸੀਂ ਸੋਹਣੇ ਟਰੈਕਟਰ ਤੇ ਲੈ ਕੇ ਵਾਹੇ ਇੱਕ ਸਾਲ ਅਗਲੇ ਸਾਲ ਪੰਟੀ ਕਹਿੰਦਾ ਵੀ ਨਾ ਬਾਪੂ ਇਹ ਤਾਂ ਖਰਾਬ ਨੇ ਮੁੜ ਕੇ ਅਸੀਂ ਬਾਹਰਲੇ ਘਰੇ ਰੱਖਦੇ ਮੀਂਹ ਪੈ ਗਿਆ ਤੇ ਬਸ ਹਲ ਪਰਾਣੇ ਬਸ ਸੋ ਤੁਹਾਨੂੰ ਬਚਾਉਣ ਵਾਸਤੇ ਇਹ ਮੋਰਚਾ ਜ਼ਰੂਰੀ ਹੈ ਮੋਰਚੇ ਦਾ ਇੱਕ ਹੋਣਾ ਜ਼ਰੂਰੀ ਹੈ ਜੇ ਤੁਹਾਡੇ ਚ ਇੱਕ ਹੈ ਜੇ ਮੇਰਾ ਪਿੰਡ ਇੱਕ ਹੋ ਸਕਦਾ ਜੇ ਪੰਜਾਬ ਇੱਕ ਹੋ ਸਕਦਾ ਜੇ ਪਿੰਡ ਇੱਕ ਹੋ ਸਕਦਾ ਬਲਾਕ ਇੱਕ ਹੋ ਸਕਦਾ ਤਹਿਸੀਲ ਇੱਕ ਹੋ ਸਕਦੀ ਹੈ ਜੇ ਜ਼ਿਲ੍ਹਾ ਇੱਕ ਹੋ ਸਕਦਾ ਫਿਰ ਪੰਜਾਬ ਇੱਕ ਹੋ ਸਕਦਾ ਪਰ ਉਹ ਸਾਰਾ ਕੁਛ ਇੱਕ ਤਾਂ ਹੋਊਗਾ ਜੇ ਕਿਸਾਨ ਇੱਕ ਹੋ ਸਕਦਾ ਇੱਕ ਦੂਸਰੇ ਤੇ ਵਿਸ਼ਵਾਸ ਹੈ ਮੈਨੂੰ ਮੇਰਾ ਭਰਾ ਦੋ ਪੈਸੇ ਸ਼ਾਇਦ ਘੱਟ ਪੈਂਦਾ ਹੋਊਗਾ ਸ਼ਾਇਦ ਘੱਟ ਪੈਂਦਾ ਹੋਊਗਾ ਪਰ ਮੈਨੂੰ ਦੱਸਦਾ ਵੀ ਹੋਊਗਾ ਮੈਨੂੰ ਵਿਸ਼ਵਾਸ ਪਰ ਮੈਂ ਕੰਮ ਤਾਂ ਹੋਰ ਪਾਸੇ ਕਰ ਰਿਹਾ ਨਾ ਮੈਨੂੰ ਫਿਲਮਾਂ ਫੁਲਮਾਂ ਵਾਲੇ ਤਾਂ ਹੀ ਬੁਲਾ ਲੈਂਦੇ ਨੇ 4 ਪੈਸੇ ਦੇ ਦਿੰਦੇ ਨੇ ਦਰਸ਼ਨ ਉਹ ਲਖੋਣੀ ਬੁਲਾ ਕੇ ਗੱਲ ਕਰ ਲੈਂਦੇ ਨੇ ਤੇ ਮੈਂ ਉਹਦੇ ਚ ਖੁਸ਼ ਹਾਂ ਮੇਰੀ ਜ਼ਮੀਨ ਤਾਂ ਨਹੀਂ ਟੋਏ ਪੱਟ ਕੇ ਕੋਈ ਲੈ ਚੱਲਿਆ ਵਿਸ਼ਵਾਸ ਖੋਲਿਆ ਆਪਸ ਚ ਆਪੋ ਭਾਵ ਪੈ ਗਈ ਕਿ ਉਹਨੇ 26 ਬੀਜ ਦੇ ਲਈ 26 ਇਹ ਬੀਜਾਂਗੇ ਐਸੀ ਭੂਸਾ ਦੇ 1500 ਨੌ ਦਾ ਤਾਂ ਜਮੇ ਬੇੜਾ ਬੈਠਾ ਹੋਇਆ ਬਸ ਹੋਰ ਕੁਛ ਨਹੀਂ ਉਹ ਲਾਉਣੀ ਆ ਜੋ ਉਹਨੇ ਕੀਤਾ ਉਹਦੇ ਕੋਲੇ ਹੈ ਕੀ ਉਹ ਸਾਨੂੰ ਪਤਾ ਉਹਨੇ ਕਿਉਂ ਲਾਈ ਇਹ ਨਹੀਂ ਪਤਾ ਮੈਂ ਅੱਕ ਗਿਆ ਮੈਂ ਟੁੱਟ ਗਿਆ ਮੈਂ ਹੰਭ ਗਿਆ ਮੈਂ ਮਰ ਗਿਆ 129 ਰੁਪਏ ਦੀ ਸਪਰੇ ਆ 5 ਸਪਰੇਹਾਂ ਕਰ ਦੋ ਕੁਛ ਪਾਉਣ ਦੀ ਲੋੜ ਨਹੀਂ ਉਹ 129 ਰੁਪਏ ਦੀ ਸਪਰੇ ਆ ਮੇਰੇ ਤੋਂ ਲੈ ਲਓ ਪਰ ਕਿਸੇ ਨੇ ਨਹੀਂ ਮੰਨੀ ਮੇਰੇ ਕੋਲੇ 9ਵੀਂ ਵਾਰ ਆਲੂ ਦਾ ਬੀਜ ਮੈਂ ਐਤਕੀ ਬੀਜੂੰਗਾ ਐਲ ਆਰ ਇਹ 9ਵੀਂ ਵਾਰ ਬੀਜੂਗਾ ਜੇ ਕਿਸਾਨੋਂ ਤੁਹਾਨੂੰ ਪਤਾ ਕਿ ਤੀਸਰੇ ਸਾਲ ਆਲੂ ਦਾ ਬੀਜ ਖਰਾਬ ਹੋ ਜਾਂਦਾ ਮੈਂ 9ਵੀਂ ਵਾਰ ਬੀਜੂਗਾ ਤੇ ਹਰ ਸਾਲ ਮੇਰੇ ਆਲੂ ਦੇ ਉੱਤੇ 5ਵੀਂ ਸਪਰੇਅ ਜਿਹੜੀ ਸਭ ਤੋਂ ਮਹਿੰਗੀ ਉਹ 129 ਰੁਪਏ ਦੀ ਹੁੰਦੀ ਹੈ ਮੈਂ ਹੋਰ ਕੁਛ ਨਹੀਂ ਪਾਉਂਦਾ ਸਿਰਫ ਤੁਸੀਂ ਇੱਥੋਂ ਸੋਚਣਾ ਕਿਉਂਕਿ ਸਾਡੇ ਸੁਭਾਵਾਂ ਨੂੰ ਬਦਲਿਆ ਸਾਡੇ ਤੇ ਕਦੇ 84 ਸਿੜਤੀ ਕਦੇ ਸਾਡੇ ਤੇ ਅਪਵਾਦ ਸਿੜਤਾ ਕਦੇ ਸਾਡੇ ਤੇ ਖੰਡ ਸਿੜਤੀ ਕਦੇ ਸਾਡੇ ਤੇ ਕਣਕ ਦੇ ਨਵੇਂ ਬੀਜ ਸਿੜਤੇ ਕਦੇ ਉਹ ਮਾਡਲ ਸਿੜਤਾ ਜਿਹੜਾ ਅਮਰੀਕਾ ਦੇ ਵਿੱਚ 1902 ਦੇ ਵਿੱਚ ਫਲੋਪ ਹੋਇਆ ਸੀ ਫੇਲ ਹੋਇਆ ਇਹ ਮਾਡਲ ਵੀ ਸਾਰੀ ਦੁਨੀਆ ਦੇ ਵਿੱਚ ਫੇਲ ਹੋਇਆ ਹੋਇਆ ਜਿਹੜਾ ਮਾਡਲ ਇਹਨਾਂ ਨੇ ਹੁਣ ਦਿੱਤਾ ਕਾਰਪੋਰੇਟ ਕਾਰਪੋਰੇਟ ਹਾਊਸ ਕੀ ਹੈ ਅਡਾਨੀ ਉੱਥੋਂ ਆ ਕੇ ਹੁਕਮ ਦੇ ਸਕਦੇ ਨੇ ਕਿ ਤੁਸੀਂ ਵਿਸ਼ਵਾਸ ਕਰਕੇ ਇੱਕ ਬੰਦੇ ਦੇ ਉੱਤੇ ਇੱਕ ਪਿੰਡ ਦਾ ਇਕੱਠਾ ਨਹੀਂ ਕਰ ਸਕਦੇ ਕਰ ਸਕਦੇ ਆ ਸਿਰਫ ਵਿਸ਼ਵਾਸ ਹੈ ਉਹ ਧੱਕੇ ਨਾਲ ਕਰਾਉਣਗੇ ਅਸੀਂ ਪਿਆ ਗਿਆ ਅਡਾਨੀ ਅਸੀਂ ਅਡਾਨੀਆਂ ਦੀ ਜੇਤੋਂ ਸ਼ਬਦ ਠੱਪ ਦਈਏ ਝਾਕ ਵੀ ਗਏ ਐਸਾ ਕੁਛ ਜਿਵੇਂ ਕਿਹਾ ਬਾਈ ਜੀ ਹੋਰਾਂ ਨੇ ਹੁਣ ਕਿ ਅਡਾਨੀਆਂ ਦਾ ਮੋਗੇ ਮੋਗਾ ਤਾਂ ਬਹੁਤ ਦੂਰ ਆ ਪੰਦਰੋਂ ਆਪਣੇ ਹੀ ਕੰਮ ਆਊਗਾ ਉਹ ਜਦੋਂ ਭਰਿਆ ਹੋਇਆ ਕਰੂ ਉਦੋਂ ਆਪਾਂ ਖੁਸ਼ ਹੋਇਆ ਕਰਾਂਗੇ ਜਦੋਂ ਸਾਤੋਂ ਮੰਗ ਕੇ ਦਿੱਲੀ ਵਾਲੇ ਲਿਆ ਕਰਾਂਗੇ ਫਿਰ ਉੱਥੇ ਗਿੱਧਾ ਪਾਇਆ ਕਰਾਂਗੇ ਕੋਈ ਗੱਲ ਨੀ ਫਿਕਰ ਨਾ ਕਰੋ ਹਾਂ ਸਿਰਫ ਇੱਕ ਇੱਕ ਕਿਉਂਕਿ ਅਫਸੋਸ ਮੇਰਾ ਗਿਲਾ ਹੈ ਤੁਹਾਡੇ ਨਾਲ ਇਹ ਕਿ ਤੁਸੀਂ ਧਾਰਮਿਕ ਸੁਭਾਵਾਂ ਨੂੰ ਵੀ ਮੇਲਾ ਬਣਾ ਲਿਆ ਮੇਰੇ ਕੋਲੇ ਮੇਰੀ ਸੱਸ ਮਾਂ ਮੇਰੇ ਘਰੇ ਰਹਿੰਦੀ ਹੈ 96 ਸਾਲ ਦੀ ਹੈ ਉਹ ਹੁਣ ਵੀ 3 ਦਿਨ ਜਦੋਂ ਜੋੜ ਮੇਲ ਹੁੰਦਾ ਉਹ ਰੋਂਦੀ ਹੈ ਕਹਿੰਦੀ ਅਸੀਂ ਮਕਾਣਾ ਕਹਿੰਦੇ ਚੀਨ ਕੱਪੜਾ ਕਹਿੰਦੀ ਪਹਿਲੀ ਵਾਰੀ ਉਦੋਂ ਆਇਆ ਸੀ ਇੰਗਲੈਂਡ ਤੋਂ ਕਿਉਂਕਿ ਮਹਾਰਾਜੇ ਦਾ ਪਰਿਵਾਰ ਸਾਰੇ ਦਾ ਸਾਰਾ ਫਤਿਹਗੜ੍ਹ ਸਾਹਿਬ ਤੱਕ ਨੰਗੇ ਪੈਰੀ ਆਉਣਾ ਹੁੰਦਾ ਸੀ ਉਹਨਾਂ ਦੇ ਮੌਜੇ ਚੀਨ ਦੇ ਪਾਏ ਪਾਏ ਪਹਿਲੀ ਵਾਰੀ ਚੀਨ ਉਦੋਂ ਆਈ ਤੇ ਅਸੀਂ ਹੁਣ ਤੱਕ ਉਹਨੂੰ ਜੋੜ ਮੇਲਾ ਕਹਿੰਦੇ ਰਹੇ ਹਾਂ ਤਾਂ ਵਾਲੀਆ ਸਾਹਿਬ ਜਿਉਂਦੇ ਰਹਿਣ ਜਿਨ੍ਹਾਂ ਨੇ ਜੋੜ ਮੇਲ ਕਰਤਾ ਐਨੀ ਹੋਏ ਦੁਨੀਆ ਉਦੋਂ ਡੀਸੀ ਉਹਨਾਂ ਨੇ ਮੇਲ ਕੀਤਾ ਸੋ ਗਲਤੀਆਂ ਸਾਡੇ ਚ ਵੀ ਨੇ ਬਸ ਸਭ ਤੋਂ ਵੱਡੀ ਜਿਹੜੀ ਗਲਤੀ ਹੈ ਵੀਰੋ ਉਹ ਇੱਕੋ ਹੀ ਹੈ ਕਿ ਸਾਡੇ ਚ ਏਕਤਾ ਨਹੀਂ ਵਿਸ਼ਵਾਸ ਨਹੀਂ ਅਸੀਂ ਜੋਗੇ ਨਹੀਂ ਰਹੇ ਮੈਂ ਤੇਰਾ ਜੋਗਾ ਨਹੀਂ ਰਿਹਾ ਤੂੰ ਉਹਦੇ ਜੋਗਾ ਨਹੀਂ ਰਿਹਾ ਉਹ ਮੇਰੇ ਜੋਗਾ ਨਹੀਂ ਰਿਹਾ ਜੋਗੇ ਹੋ ਜਾਈਏ ਤਾਂ ਕੁਛ ਨਹੀਂ ਵਿਗੜਿਆ ਹਲੇ ਵੀ ਯਾਦ ਕਰਿਓ ਤੁਸੀਂ ਪਿਛਲੇ ਮੈਂ ਆਪਦੀ ਜ਼ਮੀਨ ਦੇ ਵਿੱਚ 84 ਤੋਂ ਲੈ ਕੇ ਹੁਣ ਤੱਕ ਸਿਰਫ ਉੱਪਰਲੇ 4 ਤੋਂ 4.5 ਇੰਚ ਹਲ ਵਾਹੁਣਾ ਬਾਕੀ ਹੇਠਾਂ ਦਾ ਹਰ ਵਾਰੀ ਪਾਣੀ ਛੱਡ ਕੇ ਸੁਹਾਗਾ ਫੇਰ ਕੇ ਲੋਹੇ ਦਾ ਨਾਲੇ ਉੱਤੇ ਦੋ ਬੰਦੇ ਬਿਠਾ ਕੇ
ਹੇਠਾਂ ਤਾਂ ਸੀਮੈਂਟ ਵਰਗੀ ਚਾਦਰੀ ਲਾਉਣਾ 10-12 ਇੰਚ ਮੀਂਹ ਬਰਨਾਲੇ ਪੈਂਦਾ ਹੁੰਦਾ ਹੜ੍ਹ ਕੈਥਲ ਆ ਜਾਂਦਾ ਮੀਂਹ ਕੈਥਲ ਪੈਂਦਾ ਹੁੰਦਾ ਹੜ੍ਹ ਰੋਪੜ ਆ ਜਾਂਦਾ ਇਸ ਕਰਕੇ ਕਿ ਜ਼ਮੀਨ ਸਾਡੀ ਪਾਣੀ ਨਹੀਂ ਸੋਕ ਅਸੀਂ ਬਣੇ ਨਹੀਂ ਹੋਏ ਬਾਬੇ ਨਾਨਕ ਨੇ ਕੋਧਰੇ ਦੀ ਖੇਤੀ ਕੀਤੀ ਸੀ ਕੋਧਰੇ ਦੀ ਰੋਟੀ ਖਾਂਦਾ ਸੀ ਉੱਥੋਂ ਬਦਲਦੇ ਹੋਏ ਅਸੀਂ ਬਾਜਰੇ ਤੇ ਆਏ ਮੱਕੀ ਤੇ ਆਏ ਗੁਆਰੇ ਤੇ ਆਏ ਪਰ ਕਣਕ ਵਾਸਤੇ ਅਸੀਂ ਬਣੇ ਨਹੀਂ ਹੋਏ ਕਦੇ ਸੁਣਿਆ ਦੁਨੀਆਂ ਦੇ ਵਿੱਚ ਕਿ ਇਸ ਬੰਦੇ ਨੂੰ ਮੱਕੀ ਤੋਂ ਐਲਰਜੀ ਹੈ ਇਸ ਬੰਦੇ ਨੂੰ ਬਾਜਰੇ ਤੋਂ ਐਲਰਜੀ ਹੈ ਇਸ ਬੰਦੇ ਨੂੰ ਕੋਧਰੇ ਦੀ ਰੋਟੀ ਤੋਂ ਐਲਰਜੀ ਹੈ ਹਜ਼ਾਰ ਜਵਾਕ ਕਦੇ ਪਟਿਆਲੇ 'ਚ ਦਿਖਾ ਦਿੰਦਾ ਇਹਨੂੰ ਵੀਟ ਐਲਰਜੀ ਹੈ ਨਾਲੇ ਅੰਗਰੇਜ਼ੀ ਫਿਰ ਸਾਲੇ ਇਹ ਨਹੀਂ ਕਹਿੰਦੇ ਵੀ ਕਣਕ ਤੋਂ ਐਲਰਜੀ ਹੈ ਕਿਤੇ ਕਹਿੰਦੇ ਨੇ ਵੀਟ ਤੋਂ ਐਲਰਜੀ ਡਰਦੀਆਂ ਦੁਕਾਨਾਂ ਨੇ ਸਿਰਫ ਕਰੋਨਾ ਐਸਾ ਆਇਆ ਜੇ ਇਹਨੂੰ ਪੋਜ਼ਿਟਿਵਲੀ ਮੈਂ ਬਹੁਤ ਪੋਜ਼ਿਟਿਵਲੀ ਲੈਣਾ ਮੈਨੂੰ ਕਹਿੰਦੇ ਹੱਲੇ ਹੀ ਹੋ ਗਿਆ ਮੈਂ ਬਹੁਤ ਪੋਜ਼ਿਟਿਵਲੀ ਲੈਣਾ ਇਹਨੂੰ ਇਹ ਚ ਦੁਕਾਨਾਂ ਬੰਦ ਹੋਈਆਂ ਇੱਕ ਡਰਦੀਆਂ ਦੁਕਾਨਾਂ ਡਰਦੀਆਂ ਦੁਕਾਨਾਂ ਜੇ ਕੋਈ ਵਕੀਲ ਆ ਭਰਾਵੇ ਪੁੱਟੇ ਉਹਨਾਂ ਬਾਹਰ ਜਾ ਕੇ ਇੱਕ ਤਾਂ ਮੋਟੀਆਂ ਦੁਕਾਨਾਂ ਬੰਦ ਹੋਈਆਂ ਕਚਹਿਰੀ ਚ ਲੈ ਜੂ ਕਚਹਿਰੀ ਚ ਖਿੱਚੂ ਤੈਨੂੰ ਉਹ ਦੁਕਾਨਾਂ ਬੰਦ ਦੂਜੀ ਡਾਕਟਰਾਂ ਦੀ ਦੁਕਾਨ ਬੰਦ ਹਰੇਕ ਬੀਬੀ ਤੜਕੇ 8:20 ਵਾਲੀ ਬੱਸ ਤੇ ਚਿਤਕਾ ਉਮਾਉ ਕਰਦਾ ਭਾਈ ਮਿਲ ਨਹੀਂ ਚੜ੍ਹ ਕਿਤੇ ਨਹੀਂ ਜਾਂਦੀ ਸਹੀ ਨਹੀਂ ਸਿਰਫ ਬੀਬੀ ਤੇਰਾ ਕਿਤੇ ਚਲੀ ਗਈ ਤੇਰਾ ਆਹ ਹੋ ਗਿਆ ਤੇਰਾ ਉਹ ਹੋ ਗਿਆ ਆਹ ਹੋਸਪਿਟਲ ਆ ਸਾਡੇ ਪਟਿਆਲੇ ਮੈਂ ਪਟਿਆਲੇ ਰਹਿੰਦਾ ਉਹ ਕੋਲੰਬੀਆ ਏਸ਼ੀਆ ਵਾਲੇ ਉਹ ਚ ਕਿਹੜਾ ਚਲੇ ਜਾਓ 2000 ਚ ਕਹਿੰਦੇ ਸਾਰੇ ਟੈਸਟ ਕਰਦੇ ਜੇ 28,000 ਤੋਂ ਪਹਿਲਾਂ ਨਿਕਲੇ ਤਾਂ ਮੈਨੂੰ ਫੜ ਲਿਓ ਹੁਣ ਕੋਈ ਨਹੀਂ ਜਾਂਦਾ ਨਾ ਕਿਸੇ ਨੂੰ ਕੁਛ ਹੋ ਗਿਆ ਭਾਈ ਮੇਰਾ ਤਾਂ ਰਿਸ਼ਤੇਦਾਰ ਕੋਈ ਨੀ ਮਰਿਆ ਕਰੋਨਾ ਕਿਸੇ ਨੂੰ ਕੋਈ ਬਿਮਾਰੀ ਨੀ ਲੱਗੀ ਕੋਈ ਸੁਨੇਹਾ ਨੀ ਆਇਆ ਇਹ ਡਰ ਸੀ ਡਰ ਦੀ ਦੁਕਾਨ ਡਰ ਕੇ ਆ ਗਿਆ ਇਹ ਡਰ ਨਾ ਪਾਲਿਓ ਕਿ ਯਾਰ ਹੁਣ ਤੱਕ ਹਾਂ ਇਹਦੇ ਚ ਕੋਈ ਸ਼ੱਕ ਨੀ ਕਿ ਜੇ ਅਸੀਂ 2 ਰੁਪਏ ਕੁਇੰਟਲ ਆਪਦਾ ਝੋਨਾ ਵੇਚ ਕੇ ਵੀ ਆਪਦਾ ਲਿਆ ਹੋਇਆ 7-10 ਸਾਲ ਪੁਰਾਣੇ ਕਰਜ਼ੇ ਦਾ ਵਿਆਜ ਵੀ ਨੀ ਮੋੜ ਸਕੇ ਜਿੱਦਣ MSP ਟੁੱਟ ਗਈ ਅਸੀਂ ਕਾਸੇ ਜੋਗੇ ਅਸੀਂ ਕਾਸੇ ਜੋਗੇ ਨੀ ਆਖਰੀ ਹੰਬੜਾ ਇੱਕ ਦੂਜੇ ਜੋਗੇ ਹੋ ਜਾਓ ਇੱਕ ਵਿਸ਼ਵਾਸ ਕਰਦੇ ਹੋ ਇਕੱਠੇ ਹੋ ਜਾਓ ਕੁਛ ਹੋ ਜਾਊਗਾ ਸਿਆਸੀ ਰੋਟੀਆਂ ਨਾ ਸੇਕਣ ਲੱਗ ਜਾਓ ਬਹੁਤ ਸਿਆਸੀ ਰੋਟੀਆਂ ਮੇਰੀਆਂ ਸਿਆਸੀ ਰੋਟੀਆਂ ਹੋਈਆਂ ਮੈਂ ਪਹਿਲਾਂ ਤੁਹਾਡਾ ਲੀਡਰ ਹੋਇਆ ਫਿਰ ਮੈਨੂੰ ਬੁਰਕੀ ਬਰੀ ਫਿਰ ਮੈਂ ਕੁੱਤਾ ਹੋਇਆ ਕੁੱਤਾ ਚੌਂ ਚੌਂ ਕਰਕੇ ਪਾਸੇ ਹੋ ਗਿਆ ਤੁਸੀਂ ਉੱਥੇ ਖੜੇ ਰਹੇ ਅਗਲੇ ਵਾਰੀ ਫਿਰ ਮੈਂ ਹੋਇਆ ਫਿਰ ਤੁਹਾਨੂੰ ਮਿੱਠੀਆਂ ਗੱਲਾਂ ਕੀਤੀਆਂ ਫਿਰ ਬੁਰਕੀ ਪੈ ਗਈ ਮੈਂ ਕੁੱਤਾ ਬਣਿਆ ਫਿਰ ਨਿਕਲ ਗਿਆ ਦੇਖਿਓ ਇਨਸਾਨ ਤੇ ਕੁੱਤੇ ਦਾ ਥੋੜਾ ਜਿਹਾ ਖਿਆਲ ਕਰਕੇ ਰੱਖਿਓ ਜਿਉਂਦੇ ਵਸਦੇ ਰਹੋ ਜੇ ਤੁਸੀਂ ਏਕੇ ਚ ਰਹੇ ਇਕੱਠੇ ਰਹੇ ਸੋਚ ਸਹੀ ਰੱਖੀ ਰੱਬ ਤੁਹਾਨੂੰ ਸਿਹਤ ਦੇਵੇ ਸੇਧ ਦੇਵੇ ਜੇ ਸਿਹਤ ਨੂੰ ਬਰਕਰਾਰ ਰੱਖਿਆ ਤੁਸੀਂ ਤਾਂ ਕੋਈ ਮੋਰਚਾ ਐਸਾ ਨਹੀਂ ਜਿਹੜਾ ਫੇਲ ਹੋ ਜਾਵੇ ਤੁਸੀਂ ਜਿੱਤੋਗੇ ਜੰਗ ਜਾਰੀ ਰੱਖਿਓ ਹਾਰ ਨਾ ਜਾਇਓ।